ਮੈਂ ਨੈਕਸਟ ਸਨੈਪ ਪਾਉਣ ਲੱਗਿਆ ਨਾ, ਮਤਲਬ ਸਿਰਾ, ਇਹ ਮੇਰਾ ਭੋਲਾ ਯਾਰ ਆ, ਮੇਰਾ ਸਾਡੂ ਭਰਾ, ਸਾਡੂ ਦੇ ਪਾਪੀ ਦੀ ਸਨੈਪ ਪਾਉਣ ਲੱਗਿਆ ਮੈਂ। ਇਹ ਮੇਰੇ ਮਤਲਬ ਮੇਰੇ ਜਿਗਰੀ ਯਾਰ ਆ, ਅਸੀਂ ਕਾਲਜ 'ਚ ਪੜ੍ਹਿਆ ਇਕੱਠੇ, ਅਤੇ ਤੁਸੀਂ ਉਹਦੀ ਗੱਲ ਸੁਣ ਕੇ ਅੰਦਾਜ਼ਾ ਲਾ ਸਕਦੇ ਹੋ ਕਿੰਨਾ ਭੋਲਾ। ਲਵ ਯੂ ਸਾਡੂ, ਲਵ ਯੂ ਪੰਪੀ, ਲਵ ਯੂ ਮੋਂਟੀ। ਆ ਮੈਂ ਅਗਲੀ ਸਨੈਪ ਤੁਹਾਡੇ ਲਈ ਪਾਉਣ ਲੱਗਿਆ, ਚੰਗਾ ਸਾਰੇ ਜਿਹੜੇ ਚੈੱਕ ਕਰਿਓ। ਅੱਛਾ ਅੱਛਾ, ਉਹ ਬਰੋ ਇੱਕ ਇੰਗਲਿਸ਼ ਗਾਣਾ ਆਇਆ ਸੀਗਾ, ਐਨਰੀਕੇ ਸਿੰਗਰ ਦਾ ਨਾਂ ਆ, ਐਨਰੀਕੇ ਸਿੰਗਰ ਦਾ ਨਾਂ ਆ, ਤੇ ਉਹਦਾ ਗਾਣਾ ਆਇਆ ਸੀਗਾ ਹੀਰੋ। ਉਹ ਕਹਿੰਦਾ ਵੀ ਮੈਂ ਐਨਰੀਕੇ ਦਾ ਹੀਰੋ ਸੁਣ ਸੁਣ ਕੇ ਤੈਨੂੰ ਕਰਨਾ ਪਿਆਰ ਸਿੱਖਦਾ, ਮਤਲਬ ਉਹਦਾ ਗਾਣਾ ਸੁਣ ਸੁਣ ਕੇ ਤੈਨੂੰ ਪਿਆਰ ਕਰਨਾ ਸਿੱਖਦਾ। ਇੱਧਰ ਹੁਣ ਪਾਪੀ ਦੀ ਸੁਣ ਲਓ ਵੀ ਇਹਨੇ ਮੈਨੂੰ ਕੀ ਕਿਹਾ। ਕੀ ਕਿਹਾ? ਇਹ ਮੈਨੂੰ ਕਹਿੰਦਾ ਐਨਰੀਕੇ ਇੱਕ ਜਰਮਨ ਦਾ ਬਹੁਤ ਵੱਡਾ ਹੀਰੋ ਹੋਇਆ ਕਹਿੰਦਾ। ਓਕੇ, ਕਹਿੰਦਾ ਕਿ ਉਹਦਾ ਨਾਮ ਲਿਆ ਹੋਇਆ ਵੀ ਉਹਦੇ ਬਾਰੇ ਦੱਸਿਆ ਹੋਇਆ ਵੀ ਹਾਂ ਬਹੁਤ ਵੱਡਾ ਹੀਰੋ ਹੋਇਆ। ਇਹ ਹਿਸਟਰੀ ਪੜ੍ਹ ਕੇ ਆਇਆ ਲੱਗਦਾ ਜਰਮਨ ਦੀ। ਹੋਰ ਵੀ ਗਾਣਾ ਵੀ ਇੰਨਾ ਕੁ ਐਂਡ ਲੱਗ ਗਿਆ ਨਾ ਵੀ ਗਾਣੇ ਦਾ, ਇੱਕ ਲਿਖਿਆ ਹੋਇਆ ਨੇ ਜਿਹੜਾ ਗਾਣਾ ਨੇ ਵੀ ਲਿਖਤ ਤੇ ਗਾਇਆ ਵੀ ਜਮੇ ਸਾਰਾ, ਮਤਲਬ ਐਂਡੇ ਲਾਇਆ ਪਿਆ ਜਮੇ ਹੀ ਗਾਣੇ ਦਾ। ਅੱਛਾ, ਘੈਂਟ ਲੱਗਿਆ ਮਤਲਬ ਤੈਨੂੰ ਗਾਣਾ? ਘੈਂਟ ਵੀ ਘੈਂਟ ਵਰਗਾ ਘੈਂਟ ਜਮੇ ਹੀ ਐਂਡ। ਕਿੰਨੀ ਕਿੰਨੀ ਵਾਰ ਸੁਣ ਲਿਆ ਤੈਂ ਗਾਣਾ ਇਹ? ਚੱਲ ਠੀਕ ਆ, ਕਰੋ ਇੰਜੋਏ ਫਿਰ ਤੁਸੀਂ। ਓਕੇ ਵੀਰੇ, ਓਕੇ, ਲਵ ਯੂ।